ਤੈਨੂੰ ਆਉਂਦਾ ਠੀਕ ਕਰਨਾ? ਨਹੀਂ ਬੇਬੇ, ਨਹੀਂ ਬੇਬੇ, ਪੰਜ ਪੌੜੀ ਹੋਈਆਂ ਤੈਨੂੰ ਆਉਂਦਾ ਨਹੀਂ ਠੀਕ ਕਰਨਾ ਟੀਪੀ। ਹੁਣ ਮੇਰੀ ਸਰਪੰਚੀ ਪੱਕੀ। ਆ ਵੇਖ, ਬਾਬਾ ਜੀ ਨੇ ਪਰਚੀ ਤੇ ਲਿਖਤਾ ਸਰਪੰਚਣੀ ਵੱਲੋਂ 100 ਰੁਪਇਆ ਗੁਪਤ ਦਾਨ। ਆ ਮਾੜੀ ਜੀ ਆਪਦੀ ਗੁੱਤ ਚੱਕੀ? ਕਿਉਂ? ਸਿਆਣੇ ਆਂਦੇ ਆ ਕਿ ਜਨਾਨੀ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ, ਮੈਨੂੰ ਤੇਰੇ ਇੱਥੇ ਵੀ ਨਹੀਂ ਦੀਂਦੀ। ਬਾਪੂ ਮੈਂ ਫਿਲਮ ਦੇਖਣ ਜਾਣਾ। ਕਿਹੜੀ ਫਿਲਮ? ਕੈਂਚੀ ਕੱਪੜਾ ਔਰ ਮਸ਼ੀਨ। ਓ ਬਾਈ ਜੀ, ਓ ਚਾਹ ਖਤਮ ਹੋ ਗਈ ਹੈ, ਕਿਤੇ ਗਲਾਸ ਹੀ ਨਾ ਖਾ ਜੀ ਗਰੀਬ ਦਾ। ਚੜ੍ਹਦੀ ਵਰੇ ਸਿੱਕੇ ਦੀ ਹੋਣ ਗੱਭਰੂ ਨਾ ਬਾਲੀ ਜੇਲ ਦੇ। ਦੁੱਧ ਤੇ ਪੁੱਤ ਦਾ ਉੱਬਲਦਿਆਂ ਦਾ ਕਿਤੇ ਪਤਾ ਲੱਗਦਾ ਭਲਿਆ ਲੋਕਾਂ? ਮੈਨੂੰ ਨੌ ਚਾਹੀਦੀ ਆ। ਉਰਦੀ ਜਦੋਂ ਵੀ ਵੇ ਮੈਂ ਮਾਰਨੇ ਦੀ ਤੋ ਹੋ ਜਿੰਨੇ ਸਭ ਮੇਲ ਦੇ। ਓ ਮੁੰਡੇ ਦਾ ਕੱਦ ਕਾਠ ਥੁੱਡੇ ਤੇ ਗਿਆ ਜਾਂ ਪਿਓ ਤੇ? ਸੁੱਖ ਨਾਲ ਇਹਨਾਂ ਤੇ ਗਿਆ ਵੀਰੇ। ਇਹ ਤਾਂ ਫੇ ਜਮਾ ਗੱਟ ਕਿਤੇ ਲੱਗਦੀ ਆ। ਚੱਲ ਚੱਲ, ਇਤੋਂ ਨਹੀਂ ਸਾਬ ਚਾਉਂਦੀ। ਬਾਈ, ਜਿਹੜੀਆਂ ਫੋਟੋ ਤੁਹਾਡੇ ਹਿਸਾਬ ਕਿਤਾਬ ਚ ਨਹੀਂ ਆਈਆਂ, ਮੈਂ ਕਿਸੇ ਫੋਟੋ ਦੇ ਹਿਸਾਬ ਕਿਤਾਬ ਚ ਆਉਣਾ ਭਲਾ? ਬਣਗੇ ਚਟਾਂ ਦੇ ਪੁੱਤ ਸੋਦ ਸੋਹਣਿਆ ਮੇਰੇ ਦੇ ਨਾਮ ਰੱਟਦੇ। ਵੈਸੇ ਆਪਣੇ ਕਮਾਊ ਪੁੱਤ ਦੀ ਉਮਰ ਕਿੰਨੀ ਕਾ ਜੀ? ਉਮਰ ਮਤਲਬ ਤੁਸੀਂ ਮਾਡਲ ਪੁੱਛਦੇ ਹੋ? ਦੇਖੋ ਜੀ, ਹੁਣ ਚੱਲਦਾ 95 ਤੇ 71 ਚ ਹੋਇਆ ਮੇਰਾ ਵਿਆਹ, 72 ਮਾਡਲ ਲਾ ਲੋ। ਜੇ ਬਾਪੂ ਨੇ ਮੇਰਾ ਵਿਆਹ ਉੱਥੇ ਕਰਤਾ ਨਾ, ਤਾਂ ਤੁਸੀਂ ਮੇਰਾ ਮਰੇ ਦਾ ਮੂੰਹ ਦੇਖੋਗੇ। ਓ ਰਸਾ ਕਿੱਥੇ ਆ ਓਏ? ਓਏ ਖੂਜ ਡਿੱਗ ਪਿਆ ਓਏ। ਓ ਰਸਾ, ਓ ਰਸਾ ਗਿਆ। ਓ ਕਿਉਂ ਲੋ ਮੈਨੂੰ ਮੈਣ ਪਾਈ ਜਾਨੀ ਆ? ਓ ਨੰਦੂ ਦਾ ਕੁੱਤਾ ਡਿੱਗ ਪਿਆ, ਖੂਜ ਉਹਨੂੰ ਬਾਹਰ ਕੱਢਣਾ। ਦਰਫ ਡੇਬੂ ਤੇਰਾ ਕਲਿਆਣਿਆ। ਮੈਂ ਜ਼ੁਬਾਨ ਫੜਾਈ ਬੈਠਾ, ਸਾਰਾ ਪਿੰਡ ਜਾਣਦਾ ਵੀ ਮੇਰੀ ਜ਼ੁਬਾਨ ਪੱਕੀ ਤੇ ਮੁੱਛ ਖੜੀ। ਪਿਓ ਨੇ ਰਿਸ਼ਤਾ ਪੱਕਾ ਕੀਤਾ ਹੋਵੇ, ਉਹੀ ਪਿਓ ਆਪਦੇ ਪੁੱਤ ਦੀਆਂ ਬਦਕੋਈਆਂ ਕਰਕੇ ਰਿਸ਼ਤਾ ਤੋੜ ਦੇਵੇ। ਇਹ ਤਾਂ ਭੈਣ ਜੀ ਫਿਰ ਕੋਈ ਮੁੱਛ ਖੜੀ ਵਾਲੀ ਗੱਲ ਨਾ ਹੋਈ। ਮੇਰਾ ਭਰਾ ਨਾ ਦਿਮਾਗੀ ਤੌਰ ਤੇ ਬਹੁਤਾ ਠੀਕ ਨਹੀਂ ਰਹਿੰਦਾ, ਕਦੀ ਕਦੀ ਦੌਰੇ ਪੈਂਦੇ ਨੇ ਵਿਚਾਰੇ ਨੂੰ। ਓ ਮੈਂ ਕਿਹਾ ਤੂੰ ਨਾ ਦੀ ਗੱਲ ਕਰਦਾ, ਨੁੱਕਰ ਵੀ ਹੋ ਗਈ। ਉਹ ਤੇਰੀ ਮਿੱਟੀ ਪਲੀਤ ਕਰਕੇ ਪਿੰਡ ਵਾਲਿਆਂ ਨੇ ਤੈਨੂੰ ਕੱਢਿਆ ਸੀ, ਹੁਣ ਇੱਥੇ ਕੀ ਲੈਣਾ ਗਿਆ? ਦਫਾ ਦੇ ਇੱਥੋਂ। ਪਾਲੀ ਮੇਰੀ ਛੋਟੀ ਭੈਣ, ਤੂੰ ਮੈਨੂੰ ਦੱਸ ਤੇਰੀ ਖੁਸ਼ੀ ਕਾਹਦੇ ਚ? ਵੀਰੇ ਕਦੇ ਤੰਦੂਰ ਚ ਫਸਿਆ ਕੁੱਤਾ ਦੇਖੀਏ।